ਸਿੱਖ ਇਨਵਾਇਰਮੈਂਟ ਹੈ ਯਸ ਆ ਖਾਸ ਗੱਲ ਆ ਸੋ ਸਿੱਖ ਇਨਵਾਇਰਮੈਂਟ ਇੱਕ 8 ਸਾਲ ਪੁਰਾਣੀ ਰੀਤ ਆ ਜਿਹੜੀ ਕਿ ਆਪਣੀ ਜਥੇਬੰਦੀ ਹੈ ਸਿੱਖਾਂ ਦੀ ਖਾਸ ਈਕੋ ਸਿੱਖ ਇਹ ਸ਼ੁਰੂ ਕੀਤੀ ਉਹਨਾਂ ਨੇ ਪਹਿਲਕਦਮੀ ਕਿ ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਵਸ ਹੈ ਉਹਨੂੰ ਸਿੱਖ ਵਾਤਾਵਰਨ ਦਿਵਸ ਕਰਕੇ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਸਿੱਖ ਕਮਿਊਨਿਟੀ ਆ ਉੱਥੇ ਮਨਾਇਆ ਜਾਂਦਾ ਅਤੇ ਇਹ ਦਿਨ ਖਾਸ ਕਰਕੇ ਰੁੱਖਾਂ ਦਾ ਪ੍ਰਬੰਧ ਕਰਨਾ ਇਹ ਗੁਰੂ ਘਰਾਂ ਦੇ ਵਿੱਚ ਹਰੇਕ ਸਿੱਖ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਆਪਣਾ ਆਪਣਾ ਫਰਜ਼ ਹੈ ਇਹ ਸਪਿਰਚੁਅਲ ਫਰਜ਼ ਧਾਰਮਿਕ ਫਰਜ਼ ਸਮਾਜਿਕ ਫਰਜ਼ ਜਿੱਦਾਂ ਵੀ ਸਮਝ ਲਵੇ ਕੋਈ ਕਿਉਂਕਿ ਗੁਰੂ ਹਰਿਰਾਏ ਜੀ ਸਾਹਿਬ ਨੇ 52 ਬਾਗ ਬਣਵਾਏ ਸੀ ਯਸ ਥੈਂਕ ਯੂ ਅਤੇ ਬਾਗ 52 ਉਸ ਟਾਈਮ ਜਿਵੇਂ 350 ਸਾਲ ਪਹਿਲਾਂ ਬਣਾਉਣੇ ਉਹ ਆਊਟ ਆਫ ਟਰੂ ਲਵ ਸੀਗਾ ਹੁਣ ਆਪਣੀ ਨੈਸੈਸਿਟੀ ਆ ਅਤੇ ਹੁਣ ਦੀ ਨੈਸੈਸਿਟੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਦੱਸਣ ਦੀ ਲੋੜ ਨਹੀਂ ਹੈ ਜਿਹਨੂੰ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਇਹ ਆਮ ਜੀ ਗੱਲ ਹੈ ਰੋਜ਼ ਹੀ ਆਪਾਂ ਪੜ੍ਹਦੇ ਸੁਣਦੇ ਰਹਿੰਦੇ ਹਾਂ ਅਤੇ ਇਹਨੂੰ ਆਪਾਂ ਅੱਗੇ ਲੈ ਕੇ ਜਾਣਾ ਵੀਰੋ ਜਿਵੇਂ ਹੁਣ ਤੁਸੀਂ ਸਾਰਿਆਂ ਨੇ ਸੁਣਿਆ ਕੇਪ ਟਾਊਨ ਬਾਰੇ ਪੜ੍ਹਿਆ ਕਿਸੇ ਨੇ ਕਿਹਨੇ ਪੜ੍ਹਿਆ ਹਾਂਜੀ ਕਿਹਨੇ ਦੋ ਤੁਹਾਡੇ ਚੋਂ ਜਿਹੜੇ ਪੜ੍ਹਾਕੂ ਘੱਟ ਨੇ ਅਖਬਾਰਾਂ ਨਹੀਂ ਪੜ੍ਹਦੇ ਵਾਤਾਵਰਨ ਬਾਰੇ ਪੜ੍ਹਿਆ ਕਰੋ ਸਾਡੀ ਐਗਜ਼ਿਸਟੈਂਸ ਵਾਤਾਵਰਨ ਕਰਕੇ ਆ ਜਿੱਥੋਂ ਮਰਜ਼ੀ ਪੜ੍ਹੋ ਆਪਣੇ ਗੂਗਲ 'ਤੇ ਨਾ ਅਲਰਟ ਲਾ ਕੇ ਰੱਖ ਲਓ ਐਨਵਾਇਰਮੈਂਟ ਕ੍ਰਾਈਸਿਸ ਕੋਈ ਵੀ ਵਾਤਾਵਰਨ ਦੇ ਰਿਲੇਟਿਡ ਆਊਗੀ ਖਬਰ ਤੁਹਾਨੂੰ ਈਮੇਲ ਆ ਜਾਏਗੀ ਉਹਦੀ ਗੂਗਲ ਵੱਲੋਂ ਸੋ ਪੜ੍ਹਿਆ ਕਰੋ ਵੀ ਦੁਨੀਆ 'ਚ ਕਿੱਥੇ ਕੀ ਹੋ ਰਿਹਾ ਕੇਪ ਟਾਊਨ ਦੇ ਵਿੱਚ ਪਾਣੀ ਜਿਹੜਾ ਉਹ ਬਹੁਤ ਘੱਟ ਗਿਆ ਹੁਣ ਅਪ੍ਰੈਲ ਦੇ ਵਿੱਚ ਉਹਨਾਂ ਦੀ ਖਬਰ ਹੈ ਕਿ ਪਾਣੀ ਇੱਦਾਂ ਹੁਣ ਵੀ ਇਸ ਟਾਈਮ ਮਿਲ ਰਿਹਾ ਗਨ ਪੁਆਇੰਟ 'ਤੇ ਜਿਵੇਂ ਮੰਨ ਲਓ ਤੁਸੀਂ ਸਾਰੇ ਇੱਥੇ ਰਹਿੰਦੇ ਹੋ ਅਤੇ ਆਹ 4 ਟੂਟੀਆਂ ਲੱਗੀਆਂ ਸਾਰਿਆਂ ਨੂੰ ਗਨ ਪੁਆਇੰਟ 'ਤੇ ਇੱਥੇ ਮਿਲਟਰੀ ਲੱਗੀ ਹੋਈ ਆ ਟੂਟੀਆਂ 'ਚ ਤੁਸੀਂ ਇੱਕ ਇੱਕ ਬੋਤਲ ਭਰ ਸਕਦੇ ਹੋ ਦੈਟਸ ਇਟ ਇੱਦਾਂ ਹਾਲਾਤ ਉੱਥੇ ਅਤੇ ਇਹੋ ਜਿਹੇ ਹਾਲਾਤ ਸਾਰਿਆਂ ਦੇ ਕੋਲ ਆਉਣ ਵਾਲੇ ਆ ਪਰ ਇਹ ਹੈ ਕਿ ਉਹਨੂੰ ਆਪਾਂ ਜੇ 5 ਸਾਲ ਦੀ ਸਮੱਸਿਆ 5 ਸਾਲ 'ਚ ਆਉਣੀ ਹੈ ਅਤੇ ਅਸੀਂ ਸਾਰੇ ਰਲ ਮਿਲ ਕੇ ਉਹਨੂੰ 5 ਤੋਂ 25 ਅਤੇ 30 ਵੀ ਕਰ ਸਕਦੇ ਹਾਂ 30 ਸਾਲ ਵੀ ਕਰ ਸਕਦੇ ਹਾਂ ਪ੍ਰੋਲੋਂਗ ਅਤੇ ਉਹ 30 ਸਾਲ ਦਾ ਸਮਾਂ ਸਾਨੂੰ ਅਗਲੇ 30 ਸਾਲ ਦੀ ਰਿਕਵਰੀ ਵਾਸਤੇ ਮਿਲਦਾ ਇਹ ਨਹੀਂ ਕਿ 30 ਸਾਲ ਹੁਣ ਤੁਸੀਂ ਚਿੱਲ ਮਾਰੋ ਬਹਿ ਕੇ ਇੱਦਾਂ ਆਰਾਮ ਨਾਲ ਨੋ ਆਹ ਜਿਹੜਾ ਟਾਈਮ ਤੁਹਾਡੇ ਵਾਲਾ ਨਾ ਬਹੁਤ ਜ਼ਿਆਦਾ ਮਿਹਨਤ ਕਰਨ ਵਾਲਾ ਟਾਈਮ ਹੈ ਤੁਹਾਨੂੰ ਮੈਂ ਤਾਂ ਕਰਕੇ ਖਾਸ ਕਹਿ ਰਿਹਾ ਤੁਹਾਡੀ ਉਮਰ ਹੈ ਹੁਣ ਕਿ ਤੁਸੀਂ ਡੱਟ ਕੇ ਕੰਮ ਕਰੋ ਸਰ ਹੁਣ ਇਹਨੇ ਜਿਹੜਾ ਕੰਮ ਲਾਇਆ ਤੁਹਾਨੂੰ ਇਹ ਇੰਨਾ ਕੁ ਡੱਟ ਕੇ ਕਰੋ ਕਿ ਤੁਸੀਂ ਇੱਥੋਂ ਦੀ ਜਾਗ ਲੈ ਕੇ ਜਾਓ ਸਰ ਨੂੰ ਕਹੋ ਵੀ ਅਸੀਂ ਆਪਣੇ ਮਹੱਲੇ 'ਚ ਵੀ ਕਰਨਾ ਆਪਣੇ ਪਿੰਡਾਂ 'ਚ ਵੀ ਕਰਨਾ ਮੰਦਰ 'ਚ ਵੀ ਆਪਾਂ ਬੂਟੇ ਲਾਉਣੇ ਆ ਗੁਰੂ ਘਰ 'ਚ ਵੀ ਬੂਟੇ ਲਾਉਣੇ ਉੱਥੇ ਚਾਹੇ ਸ਼ਮਸ਼ਾਨ ਘਾਟ ਹੈ ਤੁਹਾਡੇ ਸਕੂਲ ਹੈ ਕੋਈ ਪਿੰਡ 'ਚ ਜਾ ਕੇ ਦੋ ਬੂਟੇ ਲਾਓ ਜਾ ਕੇ ਇਕੱਲਾ ਜੀ ਇੰਨਾ ਕੰਮ ਕਰੂ ਤਾਂ ਇਹ ਗੱਲ ਬਣਨੀ ਆ ਇਹ ਸਾਰਿਆਂ ਨੇ ਨਰਸਰੀ ਐਲ ਕੇ ਜੀ ਸਾਰੀਆਂ ਕਲਾਸਾਂ 'ਚ ਪੜ੍ਹਿਆ ਕਿ ਰੁੱਖ ਜਿਹੜੇ ਨੇ ਉਹ ਮੀਂਹ ਨੂੰ ਅਟਰੈਕਟ ਕਰਦੇ ਮੰਨਦੇ ਹੋ ਅਤੇ ਆਪਣੀ ਸਾਰੀ ਵੱਸੋਂ ਜਿਹੜੀ ਪੰਜਾਬ 'ਚ ਬੈਠੇ ਹੋ ਤਾਂ ਪਾਣੀ ਕਰਕੇ ਬੈਠੇ ਹੋ ਜੇ ਪੰਜਾਬ 'ਚ ਸੋਕਾ ਪੈ ਗਿਆ ਤਾਂ ਸਾਰਿਆਂ ਨੇ ਨੱਠਣਾ ਇੱਥੋਂ ਜੇ ਕੈਨੇਡਾ 'ਚ ਸੋਕਾ ਪੈ ਗਿਆ ਕਿਸੇ ਨੇ ਵੀਜ਼ਾ ਨਹੀਂ ਲੈਣਾ ਇੱਥੋਂ ਦਾ ਕਿਸੇ ਨੇ ਨਹੀਂ ਲੈਣਾ ਸੋ ਇਸ ਗੱਲ ਨੂੰ ਪਛਾਣ ਲਓ ਕਿ ਜੇ ਧਰਤੀ ਕੋਈ ਹੋਰ ਪਲੈਨਟ ਲੱਭਦੇ ਨਾ ਸਾਇੰਟਿਸਟ ਉਹ ਸਿਰਫ ਇੱਕ ਕਾਰਨ ਹੈ ਪਲੈਨਟ ਦੀ ਕੀ ਪਛਾਣ ਹੈ ਜੇ ਪਲੈਨਟ 'ਤੇ ਜਾਣਾ ਪਤਾ ਐਨੀਵਨ ਜੇ ਪਾਣੀ ਹੈ ਤਾਂ ਪਲੈਨਟ 'ਤੇ ਲਾਈਫ ਹੈ ਜੇ ਪਾਣੀ ਨਹੀਂ ਤਾਂ ਲਾਈਫ ਹੈ ਨਹੀਂ ਸੋ ਧਰਤੀ 'ਤੇ ਪਾਣੀ ਬਚਾਉਣ ਵਾਸਤੇ ਰੁੱਖਾਂ ਦੀ ਜ਼ਰੂਰਤ ਆ ਅਤੇ ਰੁੱਖ ਦਾ ਦੋਹਰਾ ਫਾਇਦਾ ਕਿ ਸਾਨੂੰ ਆਕਸੀਜਨ ਵੀ ਚੰਗੀ ਮਿਲਣੀ ਹੈ ਸੋ ਮਾਇੰਡ ਦੈਟ ਕਿ ਆਪਣੇ ਆਪਣੇ ਵਾਸਤੇ 8-8, 10-10 ਰੁੱਖਾਂ ਦਾ ਪ੍ਰਬੰਧ ਕਰਕੇ ਰੱਖੋ ਹਰੇਕ ਬੰਦੇ ਨੂੰ 10 ਫੁੱਲੀ ਗਰੋਨ ਟਰੀਜ਼ ਚਾਹੀਦੇ ਆ ਸਾਹ ਲੈਣ ਵਾਸਤੇ ਅਤੇ ਪੰਜਾਬ 'ਚ ਇਸ ਟਾਈਮ 3.5% ਜਿਹੜਾ ਜੰਗਲ ਦਾ ਖੇਤਰ ਹੈ ਇਸ ਤੋਂ ਜ਼ਿਆਦਾ ਨਹੀਂ ਹੈਗਾ ਸੋ ਸਾਡੇ ਇੱਕ ਇੱਕ ਦੇ ਪੱਲੇ ਇੱਕ ਇੱਕ ਦਰਖਤ ਵੀ ਨਹੀਂ ਪੈ ਰਿਹਾ ਜਿਵੇਂ ਰੇਸ਼ੋ ਕਹਿੰਦੇ ਹਾਂ ਨਾ ਆਪਾਂ ਉਹ ਘੱਟ ਹੈ 1% ਇੱਕ ਦਰਖਤ ਤੋਂ ਵੀ ਘੱਟ ਹੈ ਆਪਣੀ ਸੋ ਜਿੰਨੇ ਤੁਸੀਂ ਜੀਓ ਸਾਰੇ ਆਪਣਾ ਆਪਣਾ ਇੱਥੋਂ ਦਾ ਇੰਤਜ਼ਾਮ ਕਰੋ ਆਪਣੇ ਸਰ ਨਾਲ ਗੱਲ ਕਰੋ ਪਰਿਵਾਰਾਂ ਨਾਲ ਗੱਲ ਕਰੋ ਗੁਰੂ ਘਰਾਂ ਦੀ ਕਮੇਟੀਆਂ ਨਾਲ ਗੱਲ ਕਰੋ ਜਾ ਕੇ ਰੁੱਖ ਲਗਾਓ ਵੱਧ ਤੋਂ ਵੱਧ ਅਤੇ ਗੁਰੂ ਹਰਿਰਾਏ ਜੀ ਦੀ ਜਿਹੜੀ ਇਹ ਗੱਲ ਆ ਆਪਾਂ ਦੱਸੀ ਉਹਨਾਂ ਕੋਲ ਬਚਪਨ 'ਚ ਇੱਕ ਫੁੱਲ ਟੁੱਟਿਆ ਸੀ ਅਤੇ 52 ਬਾਗ ਬਣਾਏ ਸੀ ਤਾਂ ਅਸੀਂ ਤਾਂ ਰੋਜ਼ ਦਿਹਾੜੀ ਫੁੱਲ ਤੋੜਦੇ ਹਾਂ ਇਹ ਜੇ ਫੁੱਲ ਟੁੱਟਣ ਦਾ ਮਤਲਬ ਫਿਜ਼ੀਕਲੀ ਫੁੱਲ ਨਹੀਂ ਆ ਕਦੇ ਆਪਾਂ ਪਾਣੀ ਰੋੜ ਦਿੰਦੇ ਹਾਂ ਕਦੇ ਗੱਡੀਆਂ ਦਾ ਧੂੰਆਂ ਛੱਡਦੇ ਹਾਂ ਕਦੇ ਸਾਡੀ ਜ਼ਰੂਰਤ ਕਰਕੇ ਪੇਪਰ ਵੇਸਟ ਹੋ ਰਿਹਾ ਸਾਡੀ ਜ਼ਰੂਰਤ ਕਰਕੇ ਪੈਟਰੋਲ ਵੇਸਟ ਹੋ ਰਿਹਾ ਕੋਲਾ ਬਲ ਰਿਹਾ ਬਿਜਲੀ ਵੇਸਟ ਹੋ ਰਹੀ ਆ ਰੋਜ਼ ਉਹੀ ਫੁੱਲ ਟੁੱਟ ਰਿਹਾ ਆਪਣੇ ਹੱਥੋਂ ਸੋ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਇੱਕ ਜ਼ਿੰਮੇਵਾਰੀ ਜ਼ਰੂਰ ਹੈ ਜਿਹੜੀ ਨਿਭਾਉਣੀ ਆ ਰੁੱਖ ਮੇਰੇ ਵੀਰੋ ਵੱਧ ਤੋਂ ਵੱਧ ਲਾਓ ਜੇ ਪੰਜਾਬ ਨੂੰ ਬਚਾਉਣਾ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਅਤੇ ਤੁਹਾਡੇ ਸਾਰੇ ਡਿਪਾਰਟਮੈਂਟ ਦਾ ਸਾਰੇ ਪਰਿਵਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਸਿੱਖ ਵਾਤਾਵਰਨ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਨਵੇਂ ਸਾਲ ਦੀਆਂ ਥੈਂਕ ਯੂ ਜੀ